ਟੋਰਾਂਟੋ ਉਹਨਾਂ ਲੋਕਾਂ ਲਈ ਕੋਵਿਡ-19 ਸੈਂਟਰ ਖੋਲ੍ਹਣ ਜਾ ਰਿਹਾ ਜਿਹੜੇ ਖੁਦ ਨੂੰ ਸੈਲਫ ਆਈਸੋਲੇਟ ਨਹੀਂ ਕਰ ਸਕਦੇ। ਫੈਡਰਲ ਸਰਕਾਰ ਵੱਲੋਂ ਇਸ ਸੈਂਟਰ ਦੇ ਲਈ $13.9 ਮਿਲੀਅਨ ਮੁਹੱਈਆ ਕਰਵਾਏ ਜਾ ਰਹੇ ਨੇ। ਇਸ ਦੇ ਨਾਲ 12 ਮਹੀਨਿਆਂ ਦਾ ਖਰਚਾ ਕਵਰ ਹੋ ਜਾਵੇਗਾ। ਟੋਰਾਂਟੋ ਦੇ ਮੈਡੀਕਲ ਅਫਸਰ ਆਫ ਹੈਲਥ ਡਾਕਟਰ ਐਲਨ ਡਿਵੇਲਾ ਦਾ ਕਹਿਣਾ ਹੈ ਕਿ ਇਹ ਸੈਂਟਰ ਇੱਕ ਹੋਟਲ ਦੇ ਅੰਦਰ ਹੈ ਅਤੇ ਇਸ ਲਈ 140 ਕਮਰੇ ਰੱਖੇ ਗਏ ਨੇ। ਇਸ ਨੂੰ ਵੀਕਐਂਡ 'ਤੇ ਖੋਲ੍ਹਿਆ ਜਾਵੇਗਾ। ਉਹਨਾਂ ਸਾਈਟ ਦੀ ਲੋਕੇਸ਼ਨ ਬਾਰੇ ਵੀ ਚਾਨਣਾ ਨਹੀਂ ਪਾਇਆ ਅਤੇ ਇਸ ਫੈਸਿਲਿਟੀ 'ਤੇ ਲੋਕਾਂ ਨੂੰ ਰੋਜ਼ਾਨਾ ਖਾਣਾ, ਬੈੱਡ, ਸਾਫ਼ ਸੁਥਰਾ ਮਾਹੌਲ ਅਤੇ ਹੋਰ ਸਮਾਨ ਮਿਲੇਗਾ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਦਾ ਟੋਰਾਂਟੋ ਪਬਲਿਕ ਹੈਲਥ ਸਟਾਫ ਵੱਲੋਂ ਫੋਨ 'ਤੇ ਨਿਯਮਤ ਤੌਰ 'ਤੇ ਧਿਆਨ ਵੀ ਰੱਖਿਆ ਜਾਵੇਗਾ। ਡਾਕਟਰ ਡਿਵੇਲਾ ਨੇ ਕਿਹਾ ਹੈ ਕਿ ਸੈਂਟਰ ਦੀ ਵਰਤੋਂ ਕੌਣ ਕਰੇਗਾ, ਇਸ ਦਾ ਫੈਸਲਾ ਟੋਰਾਂਟੋ ਪਬਲਿਕ ਹੈਲਥ ਕਰੇਗਾ। ਬੋਰਡ ਆਫ ਹੈਲਥ ਦੇ ਚੇਅਰ ਜੋ ਕ੍ਰੈਸੀ ਨੇ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਵਿੱਚ ਡਾਕਟਰਾਂ ਅਤੇ ਪਬਲਿਕ ਹੈਲਥ ਮਾਹਿਰਾਂ ਨੇ ਕਿਹਾ ਸੀ ਕਿ ਜੇ ਕੋਈ ਵਿਅਕਤੀ ਕੋਵਿਡ-19 ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਆਪਣੇ ਘਰ ਵਿੱਚ ਸੈਲਫ ਆਈਸੋਲੇਟ ਹੋਣਾ ਚਾਹੀਦਾ ਹੈ, ਉਹ ਵੀ ਵੱਖਰੇ ਬੈਡਰੂਮ ਅਤੇ ਬਾਥਰੂਮ ਦੇ ਨਾਲ। ਆਪਣੇ ਘਰਦਿਆਂ ਤੋਂ ਪਾਸੇ ਹੋ ਕੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਟੋਰਾਂਟੋ ਦੇ ਬਹੁਤੇ ਘਰਾਂ ਦੇ ਵਿੱਚ ਇਸ ਸਾਰੀਆਂ ਸਹੂਲਤਾਂ ਨਹੀਂ। ਜਦੋਂ ਪਰਿਵਾਰਕ ਮੈਂਬਰਾਂ ਤੋਂ ਦੂਰ ਖੁਦ ਨੂੰ ਸੈਲਫ ਆਈਸੋਲੇਟ ਨਹੀਂ ਕੀਤਾ ਜਾ ਸਕਦਾ ਤਾਂ ਘਰ ਵਿੱਚ ਕੋਵਿਡ-19 ਫੈਲਣ ਦਾ ਡਰ ਵੱਧ ਜਾਂਦਾ ਹੈ। ਕੈਨੇਡਾ ਦੇ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਕਿਹਾ ਹੈ ਕਿ ਜੇ ਕਿਸੇ ਹੋਰ ਸਿਟੀ ਨੂੰ ਇਸ ਤਰ੍ਹਾਂ ਦੀ ਸਾਈਟ ਦੀ ਲੋੜ ਹੈ ਤਾਂ ਫੈਡਰਲ ਸਰਕਾਰ ਉਹਨਾਂ ਦੀ ਮਦਦ ਕਰਨ ਲਈ ਵੀ ਤਿਆਰ ਹੈ। ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਰੋਕਣ ਦੇ ਲਈ ਇਸ ਤਰ੍ਹਾਂ ਦੀਆਂ ਸਾਈਟਸ ਦੀ ਵਰਤੋਂ ਪਹਿਲਾਂ ਨਿਊਯਾਰਕ, ਸ਼ਿਕਾਗੋ, ਵੁਹਾਨ ਅਤੇ ਚੀਨ ਵਿੱਚ ਹੋ ਚੁੱਕੀਆਂ ਨੇ।